ਥੋੜਾ ਬਹੁਤ ਜੇ ਮੈਂ ਪਾਣੀ ਨੂੰ ਛਿੜਕ ਦਿੰਦਾ ਨਾ ਤਾਂ ਕਿ ਜੇ ਨਹਾਵਾ ਚੱਲੀ ਕੋਈ ਗੱਟਾ ਨਹੀਂ ਉੱਠੇਗਾ। ਜ਼ਿਆਦਾ ਪਾਣੀ ਨਹੀਂ ਛਿੜਕ ਰਿਹਾ ਮੈਂ, ਬੱਦਲ ਕਾਫੀ ਸਾਰਾ ਆ ਰਿਹਾ, ਸ਼ਾਇਦ ਬਾਰਿਸ਼ ਆ ਰਹੀ ਇਸ ਕਰਕੇ। ਔਰ ਬੇਗਾ ਵੀ ਜਿਹੜਾ ਮਿੱਟੀ ਜਿਹੜਾ ਤੰਦੂਰੀ ਦੀ ਜਿਹੜੀ ਚਾਕ ਲੈ ਆਉਂਦੀ ਨਾ ਤੇ ਬੈਕ ਸਾਈਡ ਤੇ ਜਿਹੜਾ ਉਹਨੂੰ ਲਿੰਬਾਈ ਕਰ ਲੈਂਦੀ ਆ। ਅੱਜ ਮਿੱਟੀ ਵੀ ਆਪਾਂ ਕੁੱਟਣੀ ਜਿਹੜੀ ਥੋੜਾ ਤਿੰਨਾਂ ਚਾਰਾਂ ਤੰਦੂਰੀਆਂ ਦੀ ਮੁੰਝ ਪਈ ਹੋਈ ਨਾ, ਮਿੱਟੀ ਤਾਂ ਪੂਰੀ ਜਿਹੜਾ ਕੁੱਟ ਲਵਾਂਗੇ ਤੇ ਤੰਦੂਰੀਆਂ ਜਿਹੜੀ ਛੋਟੀਆਂ ਲਿੰਬ ਲਵਾਂਗੇ। ਹਾਂਜੀ ਤੇ ਬੈਰ ਜਾਣਾ ਮੈਂ ਆ ਗਿਆ ਔਰ ਬੇਗਾ ਮਿੱਟੀ ਲੈ ਕੇ ਆ ਗਈ ਔਰ ਹੁਣ ਜਿਹੜਾ ਤੰਦੂਰੀ ਦੀ ਲਿੰਬਾਈ ਕਰ ਰਹੀ ਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਗੁੱਡ ਮਾਰਨਿੰਗ, ਸੁਬਾ ਬਖੈਰ। ਸਾਰੀ ਸਾਫ਼ ਸਫਾਈ ਜਿਹੜੀ ਨਾ ਮੁਕੰਮਲ ਕਰ ਲਈ ਔਰ ਪੈਂਪ ਜਿਹੜੇ ਨਾਲ ਚਲਾ ਰਿਹਾ ਨੁਮਾਨ ਹੀ ਸਭ ਤੋਂ ਪਹਿਲੇ ਜਿਹੜੇ ਨਾ ਇਹ ਖੱਡੇ ਨੂੰ ਜਿਹੜੇ ਨਾਲ ਭਰ ਰਿਹਾ ਪਾਣੀ ਨਾਲ ਔਰ ਖੱਡੇ ਦੀ ਜਿਹੜੀ ਨਾ ਅਸੀਂ ਸਾਫ਼ ਸਫਾਈ ਜਿਹੜੀ ਨਾਲ ਕਰਨੀ ਹੈ, ਲੇਕਿਨ ਕੱਲ੍ਹ ਜਿਹੜਾ ਕੁਝ ਟਾਈਮ ਲੱਗਿਆ ਔਰ ਪਾਣੀ ਜਿਹੜੇ ਨਾ ਹੁਣ ਵੀ ਲਾ ਦਿੱਤਾ, ਲੇਕਿਨ ਅੱਜ ਜਿਹੜੇ ਦੀ ਸਾਈਡ 'ਤੇ ਜਿਹੜੇ ਨਾ ਇੱਟਾਂ ਦਾ ਜਿਹੜੇ ਨਾ ਖੱਡਾ ਬਣਾਉਣਾ, ਗੋਲ ਜਿਹੜੇ ਨਾ ਬਣਾ ਕੇ ਨਾ ਇੱਟਾਂ ਸਾਈਡਾਂ 'ਤੇ ਲਾ ਦੇਵਾਂਗਾ। ਹਾਂ ਫੁੱਲ ਭਰ ਦੇ ਔਰ ਪਾਣੀ ਜਿਹੜਾ ਨਾ ਮੈਂ ਆ ਕੇ ਸਭ ਤੋਂ ਪਹਿਲੇ ਜਿਹਾ ਛਿੜਕ ਲਈ ਔਰ ਸ਼ਾਇਦ ਬਾਰਿਸ਼ ਵੀ ਜਿਹੜੀ ਨਾ ਅੱਜ ਆਵੇ ਥੋੜ੍ਹਾ ਬਹੁਤਾ ਪਾਣੀ ਛਿੜਕ ਦਿੰਦੇ ਹਾਂ, ਕਿਉਂਕਿ ਹਵਾ ਜਿਹੜੀ ਨਾ ਚੱਲੀ ਖੋਤੀ ਆ ਇਹਨਾਂ ਦੇ ਗੱਟਾ ਮਿੱਟੀ ਉੱਡਦਾ, ਬੱਦਲ ਵੀ ਜਿਹੜੇ ਨਾ ਅੱਜ ਇਹਦੀ ਸਾਈਡ ਤੋਂ ਹੈ ਕਾਫੀ ਸਾਰਾ। ਦੁਆ ਕਰਿਆ ਬਾਰਿਸ਼ ਆ ਜਾਵੇ, ਮੌਸਮ ਜਿਹੜਾ ਠੰਡਾ ਵੀ ਹੋ ਜਾਵੇਗਾ ਔਰ ਗੱਟਾ ਮਿੱਟੀ ਵੀ ਜਿਹੜੇ ਨਾ ਸਾਰਾ ਪੈ ਜਾਵੇਗਾ, ਨਹੀਂ ਜਿਹੜਾ ਸਾਰਨ ਪਹਿਲੇ ਜਿਹੜੇ ਨਾ ਪਾਣੀ ਛਿੜਕ ਲਵਾਂ। ਹਾਂਜੀ ਤੇ ਬੈਰ ਜਿਹੜਾ ਨਾ ਸਾਰਾ ਪਾਣੀ ਜਿਹੜਾ ਤਰੋਕਤਾ ਔਰ ਗਾਰਡਨ ਜਿਹੜਾ ਥੋੜਾ ਬਹੁਤਾ ਜਿਹੜਾ ਪਾਣੀ ਲਾ ਦਿੱਤਾ, ਜ਼ਿਆਦਾ ਜਿਹੜਾ ਕੋਈ ਨਹੀਂ ਲਾਇਆ, ਥੋੜਾ ਥੋੜਾ ਜਿਹੜਾ ਖੱਡਿਆਂ ਨੂੰ ਪਾਣੀ ਲਾਇਆ, ਤੱਲੇ ਤੇ ਜਿਹੜਾ ਪਾਣੀ ਵਗੈਰਾ ਜਿਹੜਾ ਛਿੜਕਿਆ ਔਰ ਮਿਰਚਾਂ ਨੂੰ ਬੂਰ ਜਿਹੜਾ ਲੱਗ ਰਿਹਾ ਔਰ ਹੁਣ ਮਿਰਚਾਂ ਜਿਹੜੀਆਂ ਲੱਗਣਗੀਆਂ ਔਰ ਪਾਣੀ ਜਿਹੜਾ ਇਹਨਾਂ ਨੂੰ ਦੋ ਟਾਈਮ ਦੇ ਵਿੰਦਿਆ ਨਾ ਮਿਰਚਾਂ ਨੂੰ ਸੁਬਹ ਵੀ ਸ਼ਾਮ ਵੀ, ਹੁਣ ਜਿਹੜਾ ਨਾ ਪੱਤਰ ਵੀ ਜਿਹੜੇ ਨਵੇਂ ਘਰ ਵਿੱਚੋਂ ਬਿਲਕੁਲ ਜਿਹੜੇ ਨਾ ਸੁੱਕ ਗਏ ਹਨ ਬੂਟੇ ਸਾਰੇ, ਲੇਕਿਨ ਹੁਣ ਜਿਹੜੇ ਠੀਕ ਆ ਔਰ ਪੈਂਪ ਜਿਹੜੇ ਨਾ ਮੈਂ ਵੀ ਇਕੱਠਾ ਕਰਕੇ ਜਿਹੜੇ ਨਾ ਰੱਖ ਲਵਾਂ ਔਰ ਮੋਟਰ ਜਿਹੜੀ ਨਾ ਫਿਲਹਾਲ ਜਿਹੜੀ ਨਾ ਬੰਦ ਕਰ ਦਿੰਦੇ ਹਾਂ, ਫਿਰ ਜਿਹੜੇ ਨਾ ਚਲਾ ਲਵਾਂਗੇ, ਕਿਉਂਕਿ ਮੈਂ ਵੀ ਜਿਹੜੇ ਇੱਧਰ ਦੁਕਾਨ 'ਤੇ ਜਿਹੜੇ ਚਲਿਆ ਜਾਣਾ, ਟੈਂਕੀ ਬਰੀਕ ਹੀ ਤਾਂ ਮੈਂ ਪਾਣੀ ਜਿਹੜੇ ਨਾ ਜ਼ਾਇਆ ਹੁੰਦਾ ਰਹੇਗਾ, ਇਸ ਕਰਕੇ ਮੈਂ ਜਿਹੜੇ ਨਾ ਬੰਦ ਕਰਤੀ ਆ ਔਰ ਹੁਣ ਇੱਕ ਤਾਂ ਜਿਹੜੇ ਨਾ ਦੁਕਾਨ ਬਹੁਤ ਪਿਆਰੀ ਲੱਗ ਰਹੀ ਆ ਅਤੇ ਇੱਕ ਗੱਟਾ ਮਿੱਟੀ ਜਿਹੜੇ ਨਾ ਉਹ ਨਹੀਂ ਉੱਡੇਗਾ ਪਾਣੀ, ਕਿਉਂਕਿ ਜਿਹੜਾ ਕੀ ਗਿਆ ਨਾ ਔਰ ਸੁਬਹ ਜਿਹੜੇ ਨਾ ਫਿਰ ਐਵੇਂ ਜਿਹੜੇ ਨਾ ਪਾਣੀ ਜਿਹਾ ਛਿੜਕ ਦੇਵਾਂਗੇ, ਉਹ ਖੱਡੇ ਨੂੰ ਜਿਹੜੇ ਨਾ ਪੈਂਪ ਬੰਦ ਕਰ ਲੈਂਗੇ, ਲੈ ਜਿਹੜੇ ਨਾ ਪੈਂਪ ਵਿੱਚ ਜਿਹੜੇ ਨਾ ਰੱਖਤਾ ਸੀ ਨਾ ਫਿਰ ਜਿਹੜੇ ਨਾ ਬਰੀਜ ਗਿਆ ਔਰ ਇੱਟਾਂ ਜਿਹੜੀਆਂ ਦੇ ਨਾਲ ਅੱਜ ਇੰਝ ਕਰਕੇ ਜਿਹੜੇ ਨਾ ਖਲੀਆਂ ਕਰਕੇ ਸਾਈਡਾਂ 'ਤੇ ਜਿਹੜੇ ਨਾ ਗੋਲ ਜਿਹੜੇ ਨਾ ਖੱਡਾ ਜਿਹੜੇ ਬਣਾ ਦਿੰਦਾ, ਜਿਵੇਂ ਕਿ ਗਾਰਡਨ ਦੇ ਸਾਈਡ 'ਤੇ ਇੱਟਾਂ ਟਾਈਲਾਂ ਲਾਈਆਂ ਸੀ ਮੈਨੇ, ਉਸੇ ਤਰ੍ਹਾਂ ਜਿਹੜੇ ਦਾ ਗੋਲ ਖੱਡਾ ਬਣਾਵਾਂਗੇ, ਖੂਬਸੂਰਤ ਲੱਗੇਗਾ, ਪਾਣੀ ਵੀ ਜਿਹੜੇ ਨਾ ਜ਼ਿਆਦਾ ਆ ਗਿਆ ਕਰੇਗਾ। ਅਤੇ ਵੈਲਕਮ ਬੈਕ ਔਰ ਬੇਗਮ ਵੀ ਜਿਹੜੇ ਨਾ ਘਰੇ ਪਹੁੰਚ ਆਈ। ਝਾੜੂ ਵਗੈਰਾ ਅਸੀਂ ਦੇ ਲੈਣਾ, ਕਿਉਂ ਨੁਮਾਨ ਹਾਂ ਲੀਮਾ ਸਾਦੀਆ ਯਾਦ ਆਈ ਸਾਡੀ, ਨਿਜਾਬ ਫਾਤਮਾ ਯਾਦ ਆਈ ਸਾਡੀ, ਦੋ ਦਿਨ ਲਈ ਹੋਰ ਰਹਿ ਲੈਣੇ ਸੀ।
ਕਿਉਂਕਿ ਬੇਗਮ ਸਾਹਿਬਾ ਜਾਣ ਸਵੇਰੇ ਫਸਟ ਟਾਈਮ ਜਾਣਾ ਆ ਗਈ, ਕਿਉਂਕਿ ਅੱਬੂ ਇਹਨਾਂ ਨੇ ਜਾਣਾ ਸ਼ਹਿਰ ਜਾਣਾ, ਬਾਕੀ ਸਕੂਲਾਂ 'ਚ ਛੁੱਟੀਆਂ ਹੋਈਆਂ, ਲੇਕਿਨ ਅੱਬੂ ਇਹਨਾਂ ਨੇ ਜਾਣਾ ਕੋਈ ਛੁੱਟੀਆਂ ਹੋਈ, ਕਿਉਂਕਿ ਮਾਲੀ ਦਾ ਕੰਮ ਜਾਣਾ ਕਰਦੇ ਨੇ ਵਿੱਚ ਦਰਖਤਾਂ ਵਗੈਰਾ ਦੀ, ਫੁੱਲਾਂ ਦੀ, ਪੌਦਿਆਂ ਦੀ ਜਾਣਾ ਕੇਅਰ ਕਰਦੇ ਨੇ, ਤੇ ਉਹਨੇ ਸਵੇਰੇ ਡਿਊਟੀ 'ਤੇ ਆਉਣਾ ਸੀ ਅਤੇ ਚਲੋ ਮੈਂ ਫਿਰ ਜਾਣਾ ਸਮਾਨ ਲਈ ਆਵਾਂ ਦੁਕਾਨ ਦਾ, ਠੀਕ ਹੈ ਨਾ, ਲੀਟਰ ਵਾਲੀ ਬੋਤਲ ਖਤਮ ਹੋਈ ਹੋਈ ਬੋਤਲ ਜਿਹੜੀ ਉਹ ਲਈ ਆਵਾਂ, ਬਾਕੀ ਜਿਹੜਾ ਕੋਈ ਥੋੜ੍ਹਾ ਬਹੁਤਾ ਸਮਾਨ ਜਾਂ ਦੂਸਰੇ ਸ਼ੈਂਪੂ ਵਗੈਰਾ ਜਿਹੜੇ ਨਾ ਪੁੜੀਆਂ ਛਾਸ਼ਿਆਂ ਵਾਲੇ ਖਤਮ ਹੋਏ ਨੇ ਉਹ ਮੈਂ ਜਿਹੜੇ ਨਾ ਲਈ ਆਵਾਂ ਸੁਬਹਾ ਸੁਬਹਾ, ਠੀਕ ਹੈ ਨਾ, ਠੀਕ ਹੈ ਨੁਮਾਨ, ਫਿਰ ਤੁਸੀਂ ਜਿਹੜੇ ਦੁਕਾਨ ਚਲਾਓ ਤਾਂ ਮੈਂ ਲੈ ਆਉਂਦਾ ਸਮਾਨ, ਠੀਕ ਹੈ, ਨਹੀਂ ਸਮਾਨ ਲੱਦਿਆ ਉਹਨਾਂ ਨੇ ਇਸ ਕਰਕੇ, ਵਿਹਲਾ ਜਾਣਾ ਹੋਵੇ ਤਾਂ ਫਿਰ ਤਾਂ ਕੋਈ ਨਹੀਂ ਹੁੰਦੀ ਆ, ਸਹੀ ਨਹੀਂ ਨਿਜਾ ਫਾਤਮਾ, ਠੀਕ ਹੈ, ਹੈਂ ਆ ਕਿਤਾਬ ਚਾਹ ਕੇ ਲੀਮਾ ਸਾਹ ਦੇ ਅੰਦਰ ਰੱਖ, ਬਣਵਾਲ ਸਹਿਣ ਦੇ ਨੁਮਾਨ ਦੇ ਵਾਲ ਕਟਾਣੇ ਨੇ, ਮੈਂ ਵੀ ਜਿਹੜੇ ਨਾਲ ਖਾਤ ਜਿਹੜੀ ਇਹ ਵੀ ਕਰਾਉਣੀ ਆ, ਅਸੀਂ ਤਾਂ ਸੁਬਹ ਸੁਬਹ ਗਾਰਡਨ ਨੂੰ ਪਾਣੀ ਲਾਇਆ ਪਹਿਲਾਂ, ਫਿਰ ਦੁਕਾਨ ਦੀ ਸਾਰੀ ਸਾਫ਼ ਸਫਾਈ ਕੀਤੀ ਆ, ਬਾਹਰ ਪਾਣੀ ਛਿੜ ਕੇ ਹਾਂਜੀ ਵਾਲ ਕਟਾਣੇ ਨੀ, ਚੱਲ ਕਟਾ ਲਵਾਂ, ਅਲੀਮਾ ਸਾਹ ਦੀ ਤੋਂ ਵੀ ਕਟਾਣੇ, ਸਮਾਨ ਜਿਹੜਾ ਸਾਰਾ ਲੈ ਲਿਆ ਔਰ ਘਰ ਵਾਪਸ, ਔਰ ਨਾਲ ਜਿਹੜਾ ਮੈਂ ਇਹਨੂੰ ਜਿਹੜਾ ਲੈ ਲਿਆ, ਮੈਂ ਜਿਹੜਾ ਨਾਲ ਜਿਹੜਾ ਚਾਰ ਲੈ ਲਿਆ, ਮੈਂ ਜਿਹੜਾ ਸਾਫ਼ ਸਫਾਈ ਕਰਦੀ ਕਾਫ਼ੀ ਸਾਰੀ ਜਿਹੜਾ ਕਰਨ ਵਾਲੀ ਆ, ਮੈਂ ਰੋਟੀ ਲੇਟ ਹੋ ਜਾਣੀ ਆ, ਮੈਨੂੰ ਮੈਂ ਨਾਟਕ ਹੋ ਜਾਣੀ ਜਿਹੜਾ ਸ਼ਹਿਰ ਜਿਹੜਾ ਆ ਗਿਆ, ਫਿਰ ਚੱਲਾਂ ਕਦੇ ਪਹੁੰਚ ਜਾਂਦੇ ਤੁਹਾਡੇ ਘਰ, ਹਾਂਜੀ ਤੇ ਮੈਂ ਵੀ ਘਰੇ ਜਿਹੜਾ ਨਾ ਪਹੁੰਚ ਗਿਆ, ਹੋਰ ਸਮਾਨ ਜਿਹੜਾ ਲਾਲ ਨੇ, ਕਿਉਂਕਿ ਇਹ ਲਈ ਲੀਟਰ ਵਾਲੀ ਬੋਤਲ ਜਿਹੜੀ ਨਾ ਖਤਮ ਹੋਈ ਸੀ, ਲੀਟਰ ਵਾਲੀ ਬੋਤਲ ਇਹ ਲੈਣ ਦੀ, ਔਰ ਛੋਟੀਆਂ ਜਿਹੜੀ ਨਾ ਬੋਤਲਾਂ ਖਤਮ ਹੋਈਆਂ ਹੋਈਆਂ ਸੀ ਬਿਲਕੁਲ, ਜਿਹੜੇ ਤੀਸਰੇ ਚੌਥੇ ਦਿਨ ਦੀਆਂ ਉਹ ਜਿਹੜੀ ਨਾ ਲੈ ਕੇ ਆਇਆ, ਬਾਕੀ ਸਾਲਾਂ ਕੱਢ ਲੈਣਾ, ਮੈਂ ਆ ਕੇ ਜਾਂਦਾ ਨਾਸ਼ਤਾ ਜਿਹੜਾ ਲਈ ਜਾਂਦਾ, ਕਿਉਂਕਿ ਮੈਨੂੰ ਪਤਾ ਸੀ ਸਾਫ਼ ਸਫਾਈ ਕਾਫ਼ੀ ਸਾਰੀ ਘਰ ਦੀ ਕਰਨ ਵਾਲੀ ਪਈ ਆ, ਉਹ ਜਿਹੜਾ ਕਰਨ ਚਲੋ ਸਹੀ ਹੈ, ਔਰ ਪਰਲੀ ਸਾਹਿਬ ਜਿਹੜਾ ਮਰਚਾਂ ਜਿਹੜੀਆਂ ਖਤਮ ਹੋਈਆਂ ਹੋਈਆਂ ਸੀ ਉਹ ਲੈ ਕੇ ਆਇਆ, ਤੇ ਨਾਲ ਜਿਹੜਾ ਇੱਕ ਬਿਸਕਟ ਜਿਹੜਾ ਪ੍ਰਿੰਸ ਖਤਮ ਹੋਇਆ ਸੀ ਇਹ ਵੀ ਲੈ ਆਉਂਦਾ, ਔਰ ਸਾਬਣ ਪੱਤੀਆਂ ਜਿਹੜੀਆਂ ਹਾਂ ਸਮਾਨ ਚਾਹ ਲੈ ਜਿਹੜਾ ਚੱਲਣ ਦਾ, ਜੀ ਜੀ ਔਰ ਇਹ ਜਿਹੜਾ ਸਾਬਣ ਖਤਮ ਹੋਇਆ ਸੀ ਸਾਬਣ ਲੈ ਆਉਂਦੇ ਨੇ, ਪੱਤੀਆਂ ਔਰ ਹਲਦੀ ਜਿਹੀ ਨਾ ਇਹ ਲੈ ਕੇ ਆਇਆ, ਹਾਂ ਇਹ ਤੂੰ ਚਾਹ ਕੇ ਰੱਖਣੀ, ਇਹ ਲੈ ਰੱਖ, ਠੀਕ ਹੈ, ਹੁਣ ਤੂੰ ਕੀ ਚਾਹ ਕੇ ਰੱਖਣਾ, ਆ ਜਾ ਇਹ ਰੱਖ ਗਿਆ, ਠੀਕ ਹੈ, ਬੜਾ ਖੁਸ਼ ਰਹਿੰਦੀਆਂ ਨੀ ਸਮਾਨ ਦੇ, ਮੈਂ ਜਿਹੜਾ ਛਾਪਰ ਜਿਹੜੇ ਚੱਕ ਕੇ ਲੈ ਜਾਂਦਾ, ਫਿਰ ਚਲਾ ਸਮਾਨ ਜਿਹੜਾ ਸੀ ਹਾਲਾ ਜਿਹੜਾ ਲਾ ਲਈਏ, ਹਾਂਜੀ ਤੇ ਸਮਾਨ ਜਿਹੜਾ ਸਾਰਾ ਲਾ ਕੇ ਦੁਕਾਨ ਜਿਹੜਾ ਰੱਖ ਤਾ, ਮੈਂ ਜੇ ਦਾਤਰੀ ਚਾਲ ਮੈਂ ਬਹਿ ਜਿਹੜਾ ਤੰਦੂਰ ਪਿਆ ਨਾ ਉਹਦਾ ਮੂੰਹ ਜਿਹੜਾ ਬਣਾਉਣਾ ਨਾ, ਤੇ ਮੈਂ ਜਿਹੜਾ ਕੱਲ੍ਹ ਕੁਝ ਨਹੀਂ ਪਿਆ, ਬੇਗਮ ਜਿਹੜਾ ਚਲੋ ਅੱਜ ਨਿੰਬ ਲਵੇਗੀ, ਉਹ ਦਾਤਰੀ ਜਿਹੜੀ ਲੱਭ ਲਓ ਤਾਂ ਕਿ ਜਿਹੜਾ ਪੋਚਾ ਮਾਰੀਏ ਬਾਹਰ ਜਿਹੜਾ ਪਿਓ ਵਿਕ ਜਾਵੇਗਾ, ਉਹ ਦਾਤਰੀ ਜਿਹੜੀ ਨਾ ਮੈਨੂੰ ਨਹੀਂ ਮਿਲ ਰਹੀ, ਇਹ ਇੱਕ ਪਈ ਆ ਲੇਕਿਨ ਜਿਹੜੇ ਜਿਹੜੇ ਦੰਦੇ ਕੋਈ ਨਹੀਂ ਹੁੰਦੇ ਨਾ ਸਹੀ ਮੂੰਹ ਜਿਹੜਾ ਵਡੀਂਦਾ ਨਹੀਂ ਆ, ਇੱਕ ਪਈ ਆ, ਬਾਕੀ ਦੂਸਰੀ ਦਾਤਰੀ ਜਿਹੜੀ ਨਾ ਲੱਭਣੇ ਹਨ ਲੱਭ ਕੇ ਜਿਹੜਾ ਹੁੰਦੇ ਨਾ ਮਤਲਬ ਜਿਹੜਾ ਮੂੰਹ ਜਿਹੜਾ ਵੱਢ ਲੈਂਦੇ ਹਾਂ, ਔਰ ਇੱਥੇ ਹੀ ਜਿਹੜਾ ਕੋਈ ਉਹ ਜੇ ਖੜੀ ਆ ਦਾਤਰੀ ਉੱਥੇ ਹੀ ਜਿਹੜਾ ਖੜੀ ਆ, ਤਾਂ ਮੈਂ ਐਵੇਂ ਹੀ ਇੱਧਰ ਸਫ਼ਰ ਜਿਹੜਾ ਇੱਧਰ ਕਰਕੇ ਆਇਆ, ਉਹ ਦੀਵਾਰ ਦੇ ਨਾਲ ਜਿਹੜਾ ਦਾਤਰੀ ਖੜੀ ਹੋਈ ਆ,
ਔਰ ਜਿਵੇਂ ਕਿ ਸ਼ਾਮ ਨੂੰ ਸਾਰੇ ਬੈਂਡ ਵੀ ਕਮੈਂਟ ਕਰ ਰਹੇ ਕਿ ਯਾਰ ਵੀ ਸਭ ਤੋਂ ਪਹਿਲੇ ਜਿਹੜਾ ਤੁਸੀਂ ਗੇਟ ਤੇ ਜਿਹੜਾ ਕੰਮ ਸ਼ੁਰੂ ਕਰੋ ਔਰ ਗੇਟ ਨੂੰ ਜਿਹੜਾ ਮੁਕੰਮਲ ਕਰੋ ਕਿਉਂਕਿ ਕਾਫੀ ਸਾਰੀ ਜਿਹੜਾ ਪਰੇਸ਼ਾਨੀ ਵਾਲੀ ਗੱਲ ਆ, ਹਵਾ ਤੇਜ਼ ਆਉਂਦੀ ਆ ਨਾ, ਅਸੀਂ ਗੇਟ ਦੇ ਦਰਵਾਜ਼ੇ ਦੇ ਡਿੱਗਣ ਦਾ ਜਿਹੜਾ ਖਤਰਾ, ਲੇਕਿਨ ਪਹਿਲੇ ਜਿਹੜਾ ਇਹ ਕੰਮ ਕਰਾਂਗੇ। ਪੇਗਾ ਵੀ ਜਿਹੜਾ ਮਿੱਟੀ ਜਿਹੜਾ ਤੰਦੂਰੀ ਦੀ ਜਿਹੜੀ ਚਾਕ ਲੈਮ ਦੀ ਨਾ, ਤੇ ਬੈਕ ਸਾਈਡ ਤੇ ਜਿਹੜਾ ਉਹਨੂੰ ਲੰਬਾਈ ਕਰ ਲੈਂਦੀ ਆ। ਅੱਜ ਮਿੱਟੀ ਵੀ ਆਪਾਂ ਕੁੱਟਣੀ ਜਿਹੜੀ ਥੋੜਾ ਤਿੰਨਾਂ ਚਾਰਾਂ ਤੰਦੂਰੀਆਂ ਦੀ ਮੁੰਜ ਪਈ ਹੋਈ ਨਾ, ਮਿੱਟੀ ਦਾ ਪੂਰੀ ਜਿਹੜਾ ਕੁੱਟ ਲਵਾਂਗੇ ਤੇ ਤੰਦੂਰੀਆਂ ਜਿਹੜੀਆਂ ਛੋਟੀਆਂ ਲਿੰਬ ਲਵਾਂਗੇ, ਕਿਉਂਕਿ ਦੋ ਮੈਂ ਵੇਚੀਆਂ ਤੰਦੂਰੀਆਂ ਜਿਹੜੀ ਪਈਆਂ ਹੋਈਆਂ ਸੀ, ਇੱਕ ਕੱਲ ਵੇਚੀ ਆਈ ਇੱਕ ਪਰਸੋਂ ਵੇਚੀ ਸੀ। ਹਾਂ ਤਕਰੀਬਨ ਕਾਫੀ ਸਾਰੀ ਹੈ, ਥੋੜੀ ਜੀ ਰਹਿ ਗਈ ਆ, ਵੈਸੇ ਹੀ ਆ ਸੈਕਿੰਡ ਟਾਈਮ, ਪਰ ਉਹ ਰਾਂ ਕਰਦੀ ਸਾਂ ਥੋੜੀ ਜੀ। ਹਾਂ ਠੀਕ ਹੈ ਜੀ, ਚਲੋ ਬਾਕੀ ਉਹਨਾਂ ਨੂੰ ਜਿਹੜਾ ਪਾਣੀ ਲਾਉਣੀ ਹੈ ਤੇ ਮਿੱਟੀ ਜਿਹੜੀ ਨਾ ਗੋਹ ਲੈਂਦੇ, ਗੋਹ ਕਰਤੇ ਲੰਬਾਈ ਕਰ ਲੈਂਦੀ ਹੈ ਤੇ ਮਾਸ਼ਾਅੱਲਾ ਜਿਹੜੇ ਮੈਂ ਤਾਂ ਦੋ ਤਿੰਨ ਦਿਨ ਉੱਧਰ ਰਹਿ ਗਈ ਹਾਂ, ਬਹੁਤ ਹੀ ਜਿਹੜਾ ਨਾ ਗਾਰਡਨ ਪਿਆਰਾ ਲੱਗ ਰਿਹਾ, ਪਾਣੀ ਵਗੈਰਾ ਲੱਗਦਾ ਰਹਿੰਦਾ ਨਾ, ਤੋਂ ਜਿਹੜਾ ਸਭ ਅੱਜ ਹੋ ਗਿਆ, ਅੱਜ ਤੱਲੇ ਦੀ ਕਟਾਈ ਕਰਨੇ ਆ, ਮੁਸੰਮੀ ਮਾਸ਼ਾਅੱਲਾ ਜਿਹੜੇ ਫਲ ਜਿਹੜੇ ਲੱਗੇ ਨਾ 8 ਪੀਸ ਵੱਡੇ ਵੱਡੇ ਹੋ ਰਹੇ ਨੇ। ਅਸਲ ਆਪਾਂ ਮਿੱਠਿਆਂ ਨਾ ਅਮਰੂਦ ਨਹੀਂ ਲੱਗੇ, ਮਿੱਠਿਆਂ ਦਾ ਇੱਕ ਬੂਟਾ ਲੈਣਾ ਸੀ, ਮਿੱਠਿਆਂ ਦਾ ਆਪਾਂ ਨੇ ਲਿਆ। ਚਲੋ ਸਹੀ, ਮੈਂ ਵੀ ਚੱਲਿਆ ਹੁਣ ਜਿਹੜਾ ਦੁਕਾਨ ਤੇ, ਬੇਗਮ ਜਿਹੜਾ ਤੰਦੂਰ ਲਿੰਬ ਲਵੇਗੀ ਨਾ, ਫਿਰ ਮੈਂ ਵੀ ਜਿਹੜਾ ਥੋੜੀ ਬਹੁਤੀ ਜਿਹੜੀ ਚੀਜ਼ਾਂ ਸੈਟਿੰਗ ਵਗੈਰਾ ਕਰਨੀ ਜੇ ਜੋੜ ਲੈਣੀ ਆ, ਸਮਾਨ ਇਹ ਜਿਹੜਾ ਜੋੜਨਾ, ਬਾਕੀ ਦੁਕਾਨ ਦੀ ਸਾਰੀ ਜਿਹੜੀ ਸਾਫ਼ ਸਫਾਈ ਕਰਨੇ ਆ। ਹਾਂਜੀ, ਤੇ ਬਾਹਰ ਜਿਹੜਾ ਮੈਂ ਆ ਗਿਆ ਔਰ ਬੇਗਮ ਮਿੱਟੀ ਲੈ ਕੇ ਆ ਗਈ, ਔਰ ਹੁਣ ਜਿਹੜਾ ਤੰਦੂਰੀ ਦੀ ਲੰਬਾਈ ਕਰ ਰਹੀ ਆ। ਪੋਚੇ 'ਚ ਪਾਣੀ ਵੀ ਪਾ ਦੇਵੀ ਆ, ਬਾਲਟੀ ਵਾਲੇ ਪੋਚੇ 'ਚ ਆ ਕੇ ਜਿਹੜਾ ਨਰਮ ਹੋ ਜਾ ਸੀ, ਮੈਂ ਔਰ ਅੱਧੇ ਘੰਟੇ 'ਚ ਕਰ ਜਿਹੜੇ ਨੂੰ ਪੋਚਾ ਜਿਹੜਾ ਲਾ ਲਈ ਸਾਂ, ਠੀਕ ਹੈ ਨਾ। ਹਾਂਜੀ, ਤੇ ਮੈਂ ਵੀ ਜਿਹੜਾ ਇੱਧਰ ਆ ਗਿਆ ਉੱਪਰ ਜਿਹੜਾ ਛੱਤ ਤੇ, ਔਰ ਪਲੇਟ ਜਿਹੜਾ ਬਿਲਕੁਲ ਇੱਕ ਨੁੱਕਰ ਜਿਹੜਾ ਅੜੀ ਖੜੀ ਹੈ, ਬਾਕੀ ਕਿਉਂਕਿ ਰਾਤ ਨੂੰ ਅਨੇਰ ਕਾਫੀ ਸਾਰੇ, ਬਾਕੀ ਉਧਰਲੀ ਏਟ ਤੋਂ ਜਿਹੜਾ ਲੈ ਗਈ, ਔਰ ਇਹ ਇੱਕ ਨੁੱਕਰ ਜਿਹੜਾ ਮਾੜੀ ਅੜੀ ਖੜੀ ਹੈ, ਔਰ ਇੱਥੇ ਜਿਹੜਾ ਕਰ ਦਿੰਦੇ ਹਾਂ। ਔਰ ਇਸ ਪਲੇਟ ਦੇ ਜਿਹੜਾ ਕਾਫੀ ਫਾਇਦੇ ਨੇ ਮੈਨੂੰ, ਔਰ ਹੁਣ ਜਿਹੜਾ ਨੇ ਤਕਰੀਬਨ ਜਿਹੜਾ ਘੰਟਾ ਕੁ ਜਿਹੜਾ ਹੋਰ ਚੱਲੇਗੀ, ਉਸ ਤੋਂ ਬਾਅਦ ਜਿਹੜਾ ਫਿਰ ਅਸੀਂ ਬਿਜਲੀ 'ਤੇ ਜਿਹੜਾ ਕਰ ਲੈਣਾ, ਕਿਉਂਕਿ ਛਾਂ ਜਿਹੜੀ ਨਾ
ਪਲੇਟ ਤੇ ਜਿਹਨੇ ਚਲੀ ਜਾਣੀ ਤੇ ਜਿਹਨਾਂ ਰੁਕ ਜਾਣਾ। ਬਾਕੀ ਸ਼ੇਰ ਨੂੰ ਮੈਂ ਕਿਹਾ ਜਾਂ ਦੇਖ ਲਈ ਕਿਉਂਕਿ ਹਵਾ ਕਾਫੀ ਸਾਰੀ ਜੀ ਇੰਨਾ ਤੇਜ਼ ਆਈ ਉਹ ਬਿਲਕੁਲ ਜਿਹੜਾ ਠੀਕ ਖੜਾ। ਬਸ ਨੱਟ ਉਹਨੇ ਕਿਹਾ ਸੀ ਜਦੋਂ ਐਵੇਂ ਦੋ ਤਿੰਨ ਜਿਹਨ ਬਾਰਿਸ਼ਾਂ ਆਵੇ ਨਾ ਤਾਂ ਰੇਤ ਵਗੈਰਾ ਆਵੇ ਉਹਨਾਂ ਦੇ ਨੱਟ ਵਗੈਰਾ ਜਿਹੜੇ ਢਿੱਲੇ ਹੋ ਜਾਣੇ, ਇੱਕ ਦਫ਼ਾ ਜਿਹੜਾ ਦੁਬਾਰੇ ਉਹ ਕੱਸ ਗਿਆ ਸੀ ਜਿਸ ਦਿਨ ਜਿਹੜਾ ਫਲੈਕਸਾਂ ਲਾਉਣ ਜਿਹੜੇ ਨਾ ਬਾਈ ਆਇਆ ਸੀ ਨਾ, ਦੂਸਰੀ ਦਫ਼ਾ ਜਿਹੜੇ ਉਸ ਟਾਈਮ ਜਿਹੜੇ ਨਾ ਨੱਟ ਨੂੰ ਜਿਹੜੇ ਨਾ ਕੱਸ ਗਿਆ ਸੀ। ਲੇਕਿਨ ਇੱਕ ਵਾਰ ਮੈਂ ਫਿਰ ਜਿਹੜੇ ਨਾ ਸਾਰੇ ਪੇਚਾਂ ਦੁਬਾਰਾ ਜਿਹੜੇ ਨਾ ਫਿਰ ਇੱਥੋਂ ਜਿਹੜੇ ਇੰਝ ਕਰਕੇ ਇਹਨਾਂ ਨੂੰ ਕੱਸ ਦੇ ਦੇਣੀ, ਫਿਰ ਪਰੇਸ਼ਾਨੀ ਜੇ ਇਹਨਾਂ ਨਹੀਂ ਬਣੇਗੀ। ਔਰ ਬੂਟੇ ਦੇ ਜਿਹੜੇ ਨਵੇਂ ਪੱਤਰ ਜਿਹੜੇ ਨਾ ਸਾਰੇ ਕੱਢ ਰਿਹਾ ਹੁਣ ਬਲੈਟ ਆ ਗਈ ਨਾ, ਅਤੇ ਸ਼ਾਮ ਟਾਈਮ ਜਿਹੜਾ ਮੋਟਰ ਚਲਾਵਾਂਗਾ ਬਾਹਰ ਜਿਹੜੇ ਨਾ ਪਾਣੀ ਜਿਹੜੇ ਨਾ ਉਹ ਵੀ ਛਿੜਕ ਦੇਵਾਂਗਾ, ਅਤੇ ਦੂਸਰਾ ਜਿਹੜਾ ਇਹ ਆ ਕਿ ਇਹਨੂੰ ਬੂਟੇ ਨੂੰ ਜਿਹੜੇ ਨਾ ਭਰ ਦੇਵਾਂਗਾ। ਔਰ ਇਹਦਾ ਹੀ ਜਿਹੜਾ ਕੋਈ ਕਰਨਾ, ਕੋਈ ਬਾਰਿਸ਼ ਜਿਸ ਦਿਨ ਜ਼ਿਆਦਾ ਆ ਜਾਵੇ ਨਾ ਪਾਣੀ ਜਿਹੜੇ ਅੰਦਰ ਜਿਹੜੇ ਨਾ ਚੁੱਲ੍ਹੇ 'ਤੇ ਜਿਹੜੇ ਨਾ ਜਾਂਦਾ, ਅਤੇ ਇਹਦੇ ਨਾਲ ਜਿਹੜਾ ਇੱਥੇ ਜਾਂ ਟੈਲਰ ਰੱਖ ਕੇ ਨਾ ਉਰਲੀ ਸਾਈਡ 'ਤੇ ਜੀ ਇੱਥੇ ਹੀ ਟੈਲਰ ਰੱਖ ਕੇ ਔਰ ਵਧਾਵਾਂਗੇ ਛੱਤਰੀ ਜੀ ਹੋ ਜਾਵੇਗੀ ਨਾ ਤਾਂ ਕਿ ਜਿਹੜਾ ਬਾਰਿਸ਼ ਨੂੰ ਜਿਹੜਾ ਰੋਕੇਗਾ। ਔਰ ਪਿੰਡ ਜਿਹੜਾ ਨਾ ਬਹੁਤ ਹੀ ਖੂਬਸੂਰਤ ਲੱਗ ਰਿਹਾ। ਮੈਂ ਵੀ ਕਾਫੀ ਦਿਨਾਂ ਬਾਅਦ ਆਇਆ ਸੀ, ਦੋ ਤਿੰਨ ਹਫ਼ਤਿਆਂ ਬਾਅਦ ਜਿਹੜਾ ਉੱਪਰ ਛੱਤ 'ਤੇ ਆਇਆ ਔਰ ਸਾਫ਼ ਸਫਾਈ ਜਿਹੜੀ ਨਾ ਸਾਰੀ ਮੁਕੰਮਲ ਜਿਹੜੀ ਨਾ ਕਰ ਲਈਆਂ ਨਾ। ਔਰ ਇੱਕ ਤਾਂ ਜਿਹੜਾ ਨਾ ਮਿੱਟੀ ਵਗੈਰਾ ਜਿਹੜੀ ਉੱਪਰ ਆਈ ਪਈ ਆ, ਵੱਟੇ ਵਗੈਰਾ ਜਿਹੜੇ ਬੱਚੇ ਸੱਟਦੇ ਰਹਿੰਦੇ ਨਾ, ਇਹ ਸਾਰੇ ਜਿਹੜੇ ਨਾ ਝਾੜੂ ਨਾ, ਵੈਸੇ ਜਿਹੜੇ ਨਾ ਮੈਂ ਹਫ਼ਤੇ ਡੇਢ ਹਫ਼ਤੇ ਬਾਅਦ ਸਾਰਾ ਝਾੜੂ ਲਾ ਕੇ ਸਾਫ਼ ਸਫਾਈ ਕਰ ਲੈਂਦਾ, ਸਵੇਰੇ ਜਿਹੜੇ ਨਾ ਫਿਰ ਜਿਹੜੇ ਨਾ ਛੱਤ ਉੱਪਰ ਆ ਕੇ ਨਾ ਅਤੇ ਸਾਰੀ ਜਿਹੜੀ ਨਾ ਸਾਫ਼ ਸਫਾਈ ਜਿਹੜੀ ਨਾ ਮੁਕੰਮਲ ਕਰ ਲਵਾਂਗੇ ਕਿਉਂਕਿ ਬਿਲਕੁਲ। ਔਰ ਇਹ ਸਾਨ ਤੋਂ ਬਾਕੀ ਸਾਰੀਆਂ ਛੱਤਾਂ ਜਿਹੜੀ ਨਾ ਠੀਕ ਖੜੀਆਂ, ਇਧਰਲੀ ਸਾਈਡ ਉਹ ਠੀਕ ਖੜੀ ਹੈ ਛੱਤ ਸਾਰੀ, ਇੱਥੋਂ ਜਿਹੜੇ ਆਣ ਕੇ ਜਿਹੜੇ ਨਾ ਟੇੜਾਂ ਛੱਤ ਨੂੰ ਪੈ ਗਈਆਂ, ਪਤਾ ਨਹੀਂ ਕਿਉਂ ਪਈਆਂ ਨੇ, ਗਰਮੀ ਦੀ ਵਜ੍ਹਾ ਪਈ ਆ ਕਿ ਗਰਮੀ ਦੀ ਵਜ੍ਹਾ ਤੋਂ ਜਿਹੜੇ ਨਾ ਗਰਮੀ ਪੈ ਹੀ ਬਹੁਤ ਰਹੀ ਆ, ਇਹ ਸਾਰੀਆਂ ਜਿਹੜੀ ਨਾ ਟੇੜਾਂ ਆ ਗਈਆਂ ਛੱਤ ਨੂੰ, ਇੱਥੋਂ ਹੀ ਜਿਹੜੀ ਨਾ ਬਿਲਕੁਲ ਠੀਕ ਖੜੀ ਆ, ਇੱਧਰਲੀ ਸਾਈਡ ਵੱਲ ਜਿਹੜੇ ਨਾ ਬਿਲਕੁਲ ਜਿਹੜੇ ਨਾ ਟੇੜਾਂ ਵਗੈਰਾ ਕੋਈ ਨਹੀਂ ਪਈਆਂ ਨੇ। ਲੇਕਿਨ ਇਹ ਸੈਂਟਰ 'ਚ ਜਿਹੜੇ ਨਾ ਪਤਾ ਨਹੀਂ ਨੀਵੀਂ ਜਗ੍ਹਾ ਇਹ ਕੀ ਆ, ਇੱਥੇ ਆਣ ਕੇ ਜਿਹੜੇ ਨਾ ਟੇੜਾਂ ਪਈਆਂ ਨੇ ਔਰ ਕਿਚਨ ਦੀ ਛੱਤ ਨੂੰ ਵੀ ਜਿਹੜੀ ਨਾ ਟੇੜਾਂ ਬਿਲਕੁਲ ਨਹੀਂ ਪਈਆਂ। ਇੱਥੇ ਕਿਚਨ ਦੀ ਛੱਤ ਦੀ ਅੱਧ ਖਤਮ ਹੁੰਦੀ ਹੈ ਨਾ, ਇੱਥੇ ਜਿਹੜੀਆਂ ਟੇੜਾਂ ਪਈਆਂ ਔਰ ਅੱਗੇ ਜਿਹੜੀ ਨਾ ਕਿਚਨ ਨੂੰ ਕੋਈ ਨਹੀਂ ਪਈਆਂ ਟੇੜਾਂ। ਬਸ ਇੱਧਰੋਂ ਆ ਕਮਰਿਆਂ ਦੋਵਾਂ ਦੀ ਛੱਤਾਂ ਨੂੰ ਜਿਹੜੀ ਨਾ ਟੇੜਾਂ ਪਈਆਂ ਨੇ ਥੋੜ੍ਹੀਆਂ ਬਹੁਤੀਆਂ, ਪਤਾ ਨਹੀਂ ਕਿਸ ਵਜ੍ਹਾ ਤੋਂ ਜਿਹੜਾ ਮਿਸਤਰੀ ਦੀ ਗਲਤੀ ਆਈ ਜੋ ਵੀ ਆ ਨਾ, ਇੱਥੋਂ ਜਿਹੜਾ ਸੈਂਟਰ 'ਚ ਜਿਹੜਾ ਆਣ ਕੇ ਟੇੜਾਂ ਵਗੈਰਾ ਜਿਹੜੀ ਨਾ ਪੈ ਗਈਆਂ। ਚਲੋ ਇੱਥੇ ਜਿਹੜਾ ਨਾ ਬਰੀਕ ਮਤਲਬ ਜਿਹੜਾ ਪਾਣੀ ਵਾਂਗ ਜਿਹਾ ਪਤਲੀ ਸੀਮੈਂਟ ਜਿਹੀ ਨਾ ਪਾਣੀ ਗੋਲ ਕੇ ਨਾ ਐਂ ਬਿਲਕੁਲ ਨਰਮ ਬਣਾ ਕੇ ਇਹ ਦਰਜਿਆਂ ਦੇ ਵਿੱਚ ਜਿਹੜਾ ਪਾਣੀ ਵਾਂਗ ਜਿਹੜੇ ਨਾ ਸੀਮੈਂਟ ਟੋਰ ਦੇਵਾਂਗੇ ਅਤੇ ਮਜ਼ਬੂਤ ਹੋਏ। ਵੈਸੇ ਜੇ ਸੀਮੈਂਟ ਉੱਪਰੋਂ ਲਾਇਆ ਨਾ ਤਾਂ ਫਿਰ ਉਵੇਂ ਤੇੜ ਪੈ ਜਾਣੀ, ਬਿਲਕੁਲ ਪਾਣੀ ਵਾਂਗ ਸੀਮੈਂਟ ਬਣਾ ਕੇ ਵਿੱਚ ਰੋੜ ਦੇਵਾਂਗੇ, ਫਿਰ ਜਿਹੜਾ ਤੇੜਾਂ ਵਗੈਰਾ ਜਿਹੜੀ ਨਾ ਸਾਰੀਆਂ ਕਵਰ ਹੋ ਜਾਵਣਗੀਆਂ, ਪਰੇਸ਼ਾਨੀ ਵਗੈਰਾ ਜਿਹੜੀ ਨਾ ਨਹੀਂ ਬਣੇਗੀ ਉਮੀਦ ਆ ਇਨਸ਼ਾਅੱਲਾ। ਫਿਰ ਔਰ ਮੈਂ ਵੀ ਜਿਹੜਾ ਹੁਣ ਥੱਲੇ ਜਾਂਦਾ ਨੁਮਾਨ ਜਿਹੜਾ ਬੈਠਾ ਹੋਇਆ ਦੁਕਾਨ 'ਤੇ, ਉਹ ਚਲੋ ਮੈਂ ਆ ਗਿਆ, ਨਹੀਂ ਤਾਂ ਪਲੇਟ ਅਗਰ ਐਂ ਥੱਲੇ ਜਿਹੜੀ ਨਾ ਲੱਗਦੀ ਨਾ ਥੋਂ ਕਰੀਏ ਨੁੱਕਰ ਵੱਜਦੀ ਅਤੇ ਇੱਕ ਅੱਧਾ ਜਿਹੜਾ ਡੱਬਾ ਜਿਹੜਾ ਟੁੱਟ ਜਾਵੇ ਆ, ਇਸ ਕਰਕੇ ਜਿਹੜਾ ਆ ਗਿਆ ਉੱਪਰ ਜਿਹੜਾ ਪਰੇਸ਼ਾਨੀ ਇਹ ਵੀ ਜਿਹੜੀ ਨਾ ਖਤਮ ਹੋਈ ਆ ਕਿਉਂਕਿ ਬਿਲਕੁਲ ਇੱਕ ਨੁੱਕਰ ਜਿਹੜੀ ਨਾ ਪਲੇਟ ਦੀ ਅੜੀ ਪਈ ਸੀ। ਅਗਰ ਰਾਤ ਨੂੰ ਇੱਕ ਜੋਕਾ ਹੋਰ ਹਵਾ ਦਾ ਜੋਲਾ ਹੋਰ ਆ ਜਾਂਦਾ ਉਹਦੇ ਨੂੰ ਜਿਹੜਾ ਸਟਰੈਸ ਰੋਡ ਵੱਲ ਜਿਹੜਾ ਨਾ ਜਾਣਾ ਸੀ, ਲੇਕਿਨ ਅੱਜ ਅਗਰ ਮੌਸਮ ਸ਼ਾਮ ਟਾਈਮ ਹੀ ਜਿਹੜਾ ਖਰਾਬ ਹੋਇਆ ਤਾਂ ਮੈਨੂੰ ਟਾਈਮ ਨਾਲ ਲਾ ਕੇ ਜਿਹੜਾ ਥੱਲੇ ਰੱਖ ਲਵਾਂਗਾ। ਮੈਂ ਵੀ ਥੱਲੇ ਜਿਹੜਾ ਆ ਗਿਆ ਔਰ ਪਾਣੀ ਵਗੈਰਾ ਜਿਹੜਾ ਖੱਡਾ ਜਿਹੜਾ ਬੂਟੇ ਦਾ ਮੈਂ ਜ਼ਿਆਦਾ ਵੱਡਾ ਜਿਹੜਾ ਕਰਾਂਗਾ ਕਿਉਂਕਿ ਪਹਿਲੇ ਜਿਹੜਾ ਬਿਲਕੁਲ ਜਿਹੜਾ ਛੋਟਾ ਜਿਹਾ ਖੱਡਾ, ਇੱਕ ਤਾਂ ਜਿਹੜਾ ਇਹਦੇ 'ਚ ਅੱਜ ਸਾਰੇ ਇੱਟਾਂ ਰੋੜੇ ਜਿਹੜੇ ਕੱਢ ਲੈਂਦੇ ਹਾਂ ਸਾਫ਼ ਸਫਾਈ ਜਿਹੜੀ ਨਾ ਕਰਕੇ ਤਾਂ ਕਿ ਜੇ ਇਹਨਾਂ ਨੂੰ ਜ਼ਿਆਦਾ ਪਾਣੀ ਨਾਲ ਜਿਹੜਾ ਭਰਿਆ ਕਰਾਂਗੇ ਨਾ, ਇੱਕ ਖੱਡਾ ਬਣਾ ਕੇ ਅਤੇ ਚਾਰਾਂ ਸਾਈਡਾਂ ਨੂੰ ਜਿਹੜੀ ਇਹਨਾਂ ਦੀ ਇੱਟਾਂ ਜਿਹੜੀ ਨਾ ਲਾ ਦੇਣਾ, ਖੱਡਾ ਖੂਬਸੂਰਤ ਹੋ ਜਾਵੇਗਾ। ਇਹ ਸਾਰੇ ਛਾਪਰ ਵਗੈਰਾ ਵੀ ਜਿਹੜੇ ਨਾ ਇਹ ਵੀ ਚਾਹ ਲੈਂਦਾ ਅਤੇ ਇੰਝ ਕਰ ਖੱਡਾ ਗੁਲਾਈ 'ਚ ਬਣਾ ਕੇ ਨਾ ਇੰਝ ਕਰਕੇ ਇੱਟਾਂ ਜਿਹੜੀਆਂ ਇੱਕ ਕਿੱਟ ਜਿਹੜੀਆਂ ਇੰਝ ਲਾ ਦੇਵਾਂਗਾ ਅਤੇ ਖੱਡਾ ਜਿਹੜਾ
ਬਹੁਤ ਜ਼ਿਆਦਾ ਜਿਹੜਾ ਖੂਬਸੂਰਤ ਵੀ ਹੋਵੇਗਾ, ਉਸ ਪਹਿਲੇ ਨਾਲ ਪਾਣੀ ਵੀ ਜਿਹੜਾ ਜ਼ਿਆਦਾ ਪਿਆ ਕਰੇਗਾ, ਇਸ ਕਰਕੇ ਚਲੋ 2-3 ਦਿਨ ਇਹਨੂੰ ਪਾਣੀ ਨਾ ਲੱਗਿਆ ਨਾ ਅਤੇ ਨਵੀਂ ਜਿਹੜੀ ਨੇ ਦਿਨੀ ਖਤਮ ਹੋਵੇਗੀ, ਇਸ ਕਰਕੇ ਤਾਂ ਖੱਡਾ ਥੋੜ੍ਹਾ ਜਿਹਾ ਜਿਹੜਾ ਵਡੇਡਾ ਬਣਾ ਲੈਂਦੇ ਹਾਂ, ਕਿਉਂਕਿ ਜਿੰਨਾ ਜ਼ਿਆਦਾ ਪਾਣੀ ਇਹਨੂੰ ਆਵੇਗਾ ਉਨੀ ਜ਼ਿਆਦਾ ਜਿਹੜੀ ਨੇ ਗਰੋ ਕਰੇਗਾ। ਔਰ ਮੈਂ ਵੀ ਗੇਟ ਦਾ ਕੰਮ ਜਿਹੜਾ ਈਦ ਤੋਂ ਬਾਅਦ ਜਿਹੜਾ ਕਰਵਾ ਕੇ ਨਾ ਉਸ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਕਰਵਾਉਣਾ ਵਾਸ਼ਰੂਮ ਦਾ, ਕਿਉਂਕਿ ਵਾਸ਼ਰੂਮ ਦੀ ਵਜ੍ਹਾ ਤੋਂ ਜਿਹੜਾ ਕਾਫੀ ਸਾਰੇ ਜਿਹੜਾ ਪਰੇਸ਼ਾਨੀ ਜਿਹੜਾ ਬਣਦੀ ਆ, ਕਿਉਂਕਿ ਗੇਟ 'ਤੇ ਜਿਹੜਾ ਇੰਨਾ ਖਰਚਾ ਜਿਹੜਾ ਕੋਈ ਨਹੀਂ ਆਉਣਾ, ਤਕਰੀਬਨ ਜਿਹੜਾ 20-25,000 ਵੀ ਖਰਚਾ ਹੋਣਾ ਇਹ ਜਿਹੜਾ ਕਰਵਾ ਕੇ ਉਸ ਤੋਂ ਬਾਅਦ ਜਿਹੜਾ ਜਿਸ ਦਿਨ ਬਾਰਿਸ਼ ਆ ਜਾਂਦੀ ਬਹੁਤ ਪਰੇਸ਼ਾਨੀ ਬਣਦੀ। ਇੱਕ ਤਾਂ ਇੱਥੋਂ ਜਿਹੜਾ 2-2 ਇੱਟਾਂ ਦੀ ਇੰਜਾਇ ਕਰਕੇ ਜਿਹੜਾ ਪੱਕੀ ਜਿਹੜੀ ਨਾ ਸੜਕ ਜੀ ਬਣਵਾਵਾਂਗੇ, ਸਿਰਫ 2-2 ਇੱਟਾਂ 'ਚ ਰੱਖ ਕੇ, ਤਾਂ ਕਿ ਬਾਰਿਸ਼ ਆਉਂਦੀ ਨਾ ਇੱਥੋਂ ਫਿਸਲਨ ਵਗੈਰਾ ਜਿਹੜੀ ਨਾ ਹੋ, ਕਿਉਂਕਿ ਪਿਛਲੀ ਦਫ਼ਾ ਜਦੋਂ ਬਾਰਿਸ਼ ਆਈ ਸੀ ਨਾ ਇੱਥੋਂ ਜਿਹੜਾ ਸਮਝ ਲਓ ਬਹੁਤ ਹੀ ਮੁਸ਼ਕਿਲ ਆ ਜਿਹੜਾ ਪੈਰ ਮੇਰਾ ਬੱਚਿਆ ਸੀ, ਕਿਉਂਕਿ ਇੰਝ ਕਰਕੇ ਜਿਹੜਾ ਰੈਂਪ ਬਣਿਆ ਹੋਇਆ ਨਾ ਅਤੇ ਵਾਸ਼ਰੂਮ ਹੀ ਜਿਹੜਾ ਤਕਰੀਬਨ 4-4.5 ਫੁੱਟ ਉੱਚਾ, ਬਾਕੀ 2-2.5 ਫੁੱਟ ਜਿਹੜਾ 3 ਫੁੱਟ ਇੰਝ ਜਿਹੜਾ ਨੀਵਾਂ ਰੈਂਪ ਬਣਿਆ, ਫਿਰ ਇੱਥੇ ਜਿਹੜਾ ਸਾਰਾ ਚਿੱਕੜ ਵਗੈਰਾ ਆਉਂਦਾ, ਫਿਰ ਇੱਧਰ ਜਿਹੜਾ ਆਉਣਾ ਜਾਣਾ ਤਾਂ ਜਿਹੜਾ ਸਾਰਾ ਦਿਨ ਜਿਹੜਾ ਲੱਗਿਆ ਰਹਿੰਦਾ ਨਾ, ਇਸ ਵਜ੍ਹਾ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਬਣਦੀ ਆ। ਇੱਕ ਜਿਹੜਾ ਮਹਿਮਾਨ ਵਗੈਰਾ ਜਿਹੜਾ ਕੋਈ ਆ ਜਾਵੇ, ਇੱਧਰ ਜਿਹੜਾ ਸਾਰਾ ਕਚਰਾ ਵਗੈਰਾ ਜਿਹੜਾ ਬਣਿਆ ਹੋਇਆ, ਅਤੇ ਇਹ ਜਿਹੜਾ ਕੰਮ ਰਹਿ ਗਿਆ ਤਕਰੀਬਨ 3-4 ਟਰਾਲੀਆਂ ਜਿਹੜੀਆਂ ਮਿੱਟੀ ਦੀਆਂ ਪਵਣਗੀਆਂ, ਅਤੇ ਮੈਂ ਕੰਮ ਜਿਹੜਾ ਸ਼ੁਰੂ ਇਸ ਵਜ੍ਹਾ ਤੋਂ ਜਿਹੜਾ ਨਹੀਂ ਕਰਵਾ ਰਿਹਾ, ਕਿਉਂਕਿ ਮੈਂ ਕਹਿੰਦਾ ਕਿ ਕਿਹੜੇ ਜਿਹੜਾ ਸਾਰੇ ਪੈਸੇ ਜਿਹੜਾ ਸੇਵਿੰਗ ਕਰ ਲਵਾਂ, ਸੇਵਿੰਗ ਪੈਸੇ ਜਿਹੜਾ ਕਰਕੇ, ਤਾਂ ਕਿ ਜਿਹੜਾ ਇੰਨੇ ਪੈਸੇ ਸੇਵਿੰਗ ਕਰ ਲਵਾਂਗੇ, ਮੈਨੂੰ ਪਤਾ ਹੋਵੇ ਕਿ ਨਵਾਂ ਵਾਸ਼ਰੂਮ ਜਿਹੜਾ ਮੈਂ ਮੁਕੰਮਲ ਵੈਰੰਗ ਟੈਂਕੀ ਸਮੈਲ ਜਿਹੜੀ ਟੈਂਕੀ ਦੀ ਜਿਹੜੀ ਨਾ ਹੈ ਵੈਰੰਗ ਨਵੀਂ ਕਰਾਉਣੀ ਪਾਉਣੀ, ਕਿਉਂਕਿ ਪਹਿਲੇ ਵਾਲੀ ਜਿਹੜੀ ਵੈਰੰਗ ਵਿੱਚ ਅੰਡਰਗਰਾਊਂਡ ਹੋਈ ਹੋਈ ਨਾ ਉਹ ਵਾਸ਼ਰੂਮ ਪੱਟਣ ਲੱਗਿਆ ਜਿਹੜੀ ਨਾ ਖਰਾਬ ਹੋਣੀ ਆ, ਇਸ ਕਰਕੇ ਉਹ ਸਾਰੇ ਪੈਸੇ ਵਗੈਰਾ ਸਭ ਲੋਕਾਂ ਦੀ ਮਜ਼ਦੂਰੀ ਜਿਹੜੀ ਨਾ 8-10 ਦਿਨ ਵੀ ਜਿਹੜੀ ਨਾ ਲੱਗਣ, ਉਹ ਵੀ ਜਿਹੜੀ ਨਾ ਕਾਫੀ ਸਾਰੇ ਜਿਹੜੀ ਨਾ 15-20,000 ਰੁਪਏ ਦੀ ਮਜ਼ਦੂਰੀ ਬਣ ਜਾਣੀ, ਇਸ ਕਰਕੇ ਮੈਂ ਸੋਚ ਰਿਹਾ ਕੋਈ 6 ਮਹੀਨੇ ਜਿਹੜਾ ਪੈਸੇ ਜਿਹੜੇ ਨਾ ਸੇਵਿੰਗ ਕਰਕੇ ਨਾ ਪਹਿਲੇ ਜਿਹੜਾ ਗੇਟ ਤਾਂ ਕਰਵਾਉਂਦੇ ਆ, ਕਿਉਂਕਿ ਮੈਨੂੰ ਇਹਦਾ ਵੀ ਜਿਹੜਾ ਖਤਰਾ, ਕਿਉਂਕਿ ਬੱਚੇ ਵੀ ਜਿਹੜੇ ਉੱਥੇ ਮੇਰੇ ਕੋਲ ਜਿਹੜਾ ਦੁਕਾਨ 'ਤੇ ਸਾਰਾ ਦਿਨ ਜਿਹੜੇ ਨਾ ਖੇਲਦੇ ਰਹਿੰਦੇ ਨੇ, ਅਤੇ ਕਿਸੇ ਕਿਸਮ ਦਾ ਕੋਈ ਪਤਾ ਨਹੀਂ ਆ ਕਿ ਕਿਸੇ ਟਾਈਮ ਹੀ ਜਿਹੜਾ ਗੇਟ, ਕਿਉਂਕਿ ਖੋਲ੍ਹਾ 2 ਦਫ਼ਾ ਜਿਹੜਾ ਉਹਨਾਂ ਨੂੰ ਸੀਮਿੰਟ ਲਾ ਚੁੱਕਿਆ, ਲੇਕਿਨ ਕਾਮਯਾਬ ਨਹੀਂ ਹੋਇਆ। ਇੱਕ ਤਾਂ ਜਿਹੜਾ ਉਸਰੇ ਹੋਇਆ ਜਿਹੜਾ ਗਾਰੇ ਨਾਲਾ, ਉਹ ਵੀ ਜਿਹੜਾ ਪਰੇਸ਼ਾਨੀ, ਇੱਕ ਸਾਈਡ ਵੱਲ ਜਿਹੜਾ ਇੰਝ ਦਾ ਕਰਕੇ ਜਿਹੜਾ ਨਿਓ ਵੀ ਗਿਆ, ਉਧਰੋਂ ਜੇ ਦੀਵਾਰ ਦੇ ਨਾਲ ਜਿਹੜਾ ਉਹ ਦਰਾੜ ਜਿਹੜਾ ਇੰਝ ਨਾਲ ਅਲੱਗ ਹੋ ਗਈ ਆ, ਇਹਦਾ ਤਾਂ ਸੀਮਿੰਟ ਦਾ ਆਉਣ ਦੀ ਪਰੇਸ਼ਾਨੀ ਜਿਹੜੀ ਨਾ ਕੋਈ ਨਹੀਂ ਆ, ਅਤੇ ਗੇਟ ਵੀ ਵਜ਼ਨੀ ਆ, ਮਤਲਬ ਕਿ ਜਿਹੜਾ ਜ਼ਿਆਦਾ ਜਿਹੜਾ, ਕਿਉਂਕਿ ਰਾਤ ਨੂੰ ਬੜੀ ਪਰੇਸ਼ਾਨੀ ਜਿਹੜੀ ਨਾ ਮੈਨੂੰ ਦੀ ਬਣੀ ਰਹੀ ਆ, ਅਤੇ ਇਹ ਵੀ ਜਿਹੜਾ ਸਨ ਆਸਤੇ ਆਸਤੇ ਜਿਹੜੇ ਸਾਰੇ ਕੰਮ ਹੋ ਜਾਣਗੇ, ਇਹ ਵੀ ਜਿਹੜਾ ਆਹ ਗਰਮੀਆਂ ਦੀਆਂ ਕਿਚਨ ਨੇ ਇੱਥੋਂ ਗਰਮੀਆਂ ਤੋਂ ਬਾਅਦ ਜਿਹੜਾ ਡਾਹ ਕੇ ਨਾ ਕੁਝ ਜਿਹੜਾ ਸੀਮਿੰਟ ਰੋੜੀ, ਤਾਂ ਮੇਰੇ ਕੋਲ ਜਿਹੜੀ ਨਾ ਪਈ ਹੋਈ ਸੀਮਿੰਟ ਲਿਆ ਕੇ ਨਾ ਤਾਂ ਬਜਰੀ ਲਿਆ ਕੇ ਆ ਸਨ ਵੀ ਜਿਹੜਾ ਪੱਕਾ ਕਿਚਨ ਦਾ ਫਰੰਟ ਜਿਹੜਾ ਸਾਵਾਂ ਇਹ ਜਿਹੜਾ ਪੱਕਾ ਕਰ ਲਵਾਂਗੇ। ਔਰ ਇੱਥੇ ਜਿਹੜਾ ਦੀਵਾਰ ਬਰਾਂਡੇ ਦੀ ਉਧਰੋਂ ਤੋਂ ਜਿਹੜਾ ਸਮਝ ਲਓ ਕਿ ਅੱਧੀ ਦੀ ਦੀਵਾਰ ਜਿਹੜੀ ਉਸਰ ਗਈ ਆ ਨਾ ਬਰਾਂਡੇ ਦੀ, ਇੱਥੋਂ ਦੁਬਾਰਾ ਐਰਾ ਜਿਹੜਾ ਕਰਨਾ ਜਿਹੜਾ ਐਂ ਤੈਂਜ ਨੇ ਨਿਕਲਣਾ ਨਾ, ਇੱਥੋਂ ਦਰਵਾਜ਼ਾ ਰੱਖ ਲਵਾਂਗੇ, ਇਹਦੇ ਸਾਈਡ ਤੋਂ ਵਿੰਡੋ ਜਿਹੜੀ ਨੇ ਇੱਕ ਉਹ ਰੱਖ ਲਵਾਂਗੇ। ਔਰ ਇੱਥੇ ਜਿਹੜਾ ਇੱਕ ਜੇ ਮੈਂ ਸੋਚਣਾ ਕਿ ਸ਼ਾਇਦ ਇਤਲਾ ਜਿਹੜਾ ਵਾਲਾ ਛੋਟਾ ਸੀ ਜਿਹੜਾ ਕਮਰਾ ਬਣਾ ਲਵੀਏ, ਜਦੋਂ ਮਤਲਬ ਕਿ ਬਰਾਂਡਾ ਬਣ ਗਿਆ ਨਾ, ਇਨਸ਼ਾਅੱਲਾ ਜਿਹੜਾ ਕੋਈ 1-2 ਸਾਲ ਤੱਕ ਜਿਹੜਾ ਬਰਾਂਡਾ ਇਨਸ਼ਾਅੱਲਾ ਜਿਹੜਾ ਬਣਾ ਲਵਾਂਗਾ, ਆਸਤੇ ਆਸਤੇ ਜਿਹੜਾ ਸਾਰੇ ਕੰਮ ਇਨਸ਼ਾਅੱਲਾ ਜਿਹੜਾ ਹੋ ਜਾਣਗੇ, ਅਤੇ ਵਾਲਾ ਜਿਹੜਾ ਛੋਟਾ ਕਮਰਾ ਇੱਕ ਬਣਾ ਲਵਾਂਗੇ, ਕਿਚਨ ਇੱਧਰੋਂ ਜਿਹੜਾ ਬਿਲਕੁਲ ਖਤਮ ਕਰ ਲਵਾਂ, ਕਿਚਨ ਇੱਥੇ ਜਿਹੜਾ ਪੌੜੀ ਦੇ ਥੱਲੇ ਜਿਹੜਾ ਕਿਚਨ ਜਿਹੜਾ ਬਣਵਾ ਲਵਾਂਗੇ, ਉਹ ਜ਼ਿਆਦਾ ਜਿਹੜਾ ਖੂਬਸੂਰਤ ਛੋਟਾ ਜਿਹੜਾ ਬਣਾ ਲਵਾਂਗੇ, ਇੱਥੇ ਜਿਹੜਾ ਬੈਰ ਓਪਨ। ਉਹ ਜਿਵੇਂ ਕਿ ਸਾਰੇ ਬੈਂਡ ਵੀ ਕਹਿੰਦੇ ਕਿ ਵਾਸ਼ਰੂਮ ਜਿਹੜਾ ਤੁਸੀਂ ਇਹ ਸੈਡਲ ਜਿਹੜਾ ਲੈ ਕੇ ਆ ਜਾਓ, ਲੇਕਿਨ ਇਹ ਸੈਡਲ ਜਿਹੜਾ ਸਮਝ ਲਓ ਕਿ ਡਬਲ ਖਰਚਾ ਜਿਹੜਾ ਹੋ ਜਾਣਾ, ਕਿਉਂਕਿ ਸਾਰੀ ਵਾਇਰਿੰਗ ਵਗੈਰਾ ਜਿਹੜੀ ਨੇ ਇੱਧਰ ਜਿਹੜਾ ਲਿਆਉਣੀ ਪੈਣੀ ਆ, ਇਸ ਵਜ੍ਹਾ ਤੋਂ ਫਿਰ ਜਿਹੜਾ ਨਲਕਾ ਵੀ ਇੱਧਰ ਪਟਾ ਕੇ ਲਿਆਉਣਾ ਪਵੇਗਾ, ਪੰਪ ਵੀ ਇੱਧਰ ਪਟਾ ਕੇ ਲਿਆਉਣਾ ਪਵੇਗਾ, ਉਹਨਾਂ ਦਾ ਹੀ ਜਿਹੜਾ ਖਰਚਾ ਡਬਲ ਹੋ ਜਾਣਾ ਇਸ ਵਜ੍ਹਾ, ਕਿਉਂਕਿ ਬਾਹਰ ਜਿਹੜਾ ਫੱਟੇ ਲੱਗੇ ਪੈਂਪ ਵਗੈਰਾ ਜਿਹੜਾ ਸਾਰੇ ਥੱਲੇ ਵਾਲੇ ਜਿਹੜਾ ਖਰਾਬ ਹੋ ਜਾਂਦੇ ਨੇ, ਅਤੇ ਉੱਥੇ ਹੀ ਜਿਹੜਾ ਬਣਾਵਾਂਗੇ, ਲੇਕਿਨ ਫਿਲਹਾਲ ਜਿਹੜਾ ਹਾਲੇ ਤੱਕ ਜਿਹੜਾ ਇੰਨੀ ਗੁੰਜਾਇਸ਼ ਨਹੀਂ ਆ ਵੀ ਜਿਹੜੇ ਬਣਾ ਲਈਏ, ਲੇਕਿਨ ਹੋ ਜਾਵੇਗਾ ਆਸਤੇ ਆਸਤੇ, ਕਿਉਂਕਿ ਹੁਣ ਅੱਲਾਹ ਦਾ ਲੱਖ ਲੱਖ ਸ਼ੁਕਰ ਆ ਕਾਰੋਬਾਰ ਆ, ਮਤਲਬ ਥੋੜ੍ਹੇ ਬਹੁਤ ਜਿਹੜਾ ਪੈਸੇ ਜਿਹੜੇ ਵਿੱਚ ਜਮ੍ਹਾਂ ਕੀਤੇ ਰੱਖਾਂਗੇ ਨਾ, ਅਤੇ ਇਨਸ਼ਾਅੱਲਾ ਜਿਹੜਾ 6-8 ਮਹੀਨੇ ਤੱਕ ਜਿਹੜਾ
ਹੁਣ ਮੈਂ ਤਾਂ ਸਰਦੀਆਂ ਦੇ ਵਿੱਚ ਜਿਹੜਾ ਮੈਂ ਬਣਾ ਲਵਾਂਗਾ। ਬਸ ਸਾਨੂੰ ਇੱਕ ਦੋ ਦਿਨਾਂ ਵਾਸਤੇ ਜਿਹੜਾ ਪਰੇਸ਼ਾਨੀ ਬਣਦੀ ਆ, ਜਿਸ ਦਿਨ ਜਿਹੜਾ ਬਾਰਿਸ਼ ਆ ਜਾਵੇ ਵੈਸੇ ਤਾਂ ਜਿਹੜਾ ਪਰੇਸ਼ਾਨੀ ਐਡੀ ਕੋਈ ਨਹੀਂ, ਸਮਝ ਲਓ ਬ੍ਰੈਕਸਿਟ ਹੋ ਗਈ ਹੈਗੀ ਆ, ਉੱਪਰ ਥੱਲੇ ਜਿਹੜਾ ਜਾਣ ਨੂੰ ਇੰਨੀ ਪਰੇਸ਼ਾਨੀ ਨਹੀਂ ਬਣਦੀ ਆ। ਲੇਕਿਨ ਜਿਹੜਾ ਇਹ ਕਰਵਾਉਣਾ ਜਿਹਾ ਲਾਜ਼ਮੀ ਹੈ, ਕਿਉਂਕਿ ਇੱਥੋਂ ਜਿਹੜਾ ਵਾਸ਼ਰੂਮ ਜਿਹੜਾ ਬਿਲਕੁਲ ਛੋਟਾ ਜਿਹਾ ਜ਼ਮੀਨ ਦੇ ਵਿੱਚ ਨਿਕਲਿਆ ਉਹ ਲੱਗ ਰਿਹਾ, ਸਿਰੇ ਉੱਪਰੋਂ ਜਿਹੜਾ ਹਿੱਸਾ ਜਿਹੜਾ ਨਜ਼ਰ ਆ ਰਿਹਾ, ਅਤੇ ਬਾਕੀ ਸਾਰਾ ਘਰ ਓਕੇ ਆ। ਇਹ ਜਿਹੜਾ ਨੁੱਕਰ ਵਾਲੀ ਪਰੇਸ਼ਾਨੀ ਬਹੁਤ ਜਲਦ ਜਿਹੜਾ ਇਹ ਹਾਲ ਜਿਹੜਾ ਕਰਾਂਗੇ। ਬਸ ਆ ਗੇਟ ਵਾਲਾ ਉਹ ਲਵੇ, ਗੇਟ 25,000 ਨਹੀਂ ਖਰਚਾ ਹੋਣਾ, ਇੱਕ ਤਾਂ ਜਿਹੜਾ 13,000 ਦੀ ਇੱਟ ਆ ਜਾਣੀ ਹੈ, ਨਾਲ ਕੋਈ 5-6,000 ਦੀ ਜਿਹੜਾ ਸੀਮੈਂਟ ਆ ਜਾਣਾ, ਨਾਲ ਮਿਸਤਰੀ ਮਜ਼ਦੂਰਾਂ ਦੀ ਜਿਹੜੀ ਦਿਹਾੜੀ, ਕਿਉਂਕਿ ਉੱਥੇ ਉੱਪਰ ਤਿੱਕਰ ਜਿਹੜਾ ਬਰਾਬਰ ਜਿਹੜਾ ਕਰਵਾ ਦੇਣਾ, ਤਾਂ ਕਿ ਜਿਹੜਾ ਮਤਲਬ ਕਿ ਇੱਥੋਂ ਇਹ ਬੰਦ ਹੋ ਜਾਵੇਗਾ, ਘਰ ਸੇਫ ਹੋ ਜਾਵੇਗਾ, ਔਰ ਫਰੰਟ ਤੋਂ ਇੰਝ ਮਹਿਸੂਸ ਹੋਵੇਗਾ ਜਿਵੇਂ ਕਿ ਪਿੱਛੇ ਤੋੜ ਤਿੱਕਰ ਜਿਹੜਾ ਬਰਾਂਡਾ ਬਣਿਆ ਹੋਇਆ, ਕਿ ਜੇ ਫਰੰਟ ਓਕੇ ਹੋ ਜਾਵੇਗਾ ਨਾ, ਜਦੋਂ ਛੱਤ ਦੇ ਬਰਾਬਰ ਇੰਝ ਕਰਕੇ ਦੀਵਾਰ ਹੋ ਜਾਵੇਗੀ, ਗੇਟ ਦੇ ਉੱਪਰੋਂ ਉੱਪਰੋਂ ਲੈਂਟਰ ਇੰਝ ਕਰਕੇ ਜਿਹੜਾ ਆ ਜਾਵੇਗਾ, ਤਾਂ ਇੰਝ ਮਹਿਸੂਸ ਹੋਵੇਗਾ ਬੈਕ ਸਾਈਡ ਤੋਂ ਜਿਹੜਾ ਬਰਾਂਡਾ ਬਣਿਆ ਹੋਇਆ, ਮਤਲਬ ਕਿ ਬਹੁਤ ਜ਼ਿਆਦਾ ਖੂਬਸੂਰਤ ਘਰ ਹੋ ਜਾਣਾ। ਔਰ ਜੀ ਅੱਜ ਦੇ ਵਾਲਾ ਵਲਾਗ ਵੀ ਕਰ ਰਹੇ ਹਾਂ ਇੱਥੇ ਖਤਮ, ਇਨਸ਼ਾਅੱਲਾ ਮਿਲਦੇ ਹਾਂ ਇੱਕ ਸਨੈਕਸ ਵਿੱਚ ਅੱਛੇ ਵਲਾਗ ਦੇ ਵਿੱਚ। ਆਪਣਾ ਡੇਟ ਸਾਰਾ ਖਿਆਲ ਰੱਖਿਆ ਜੀ, ਦੁਆਵਾਂ 'ਚ ਯਾਦ ਰੱਖਿਆ ਜੀ, ਇਹਨਾਂ ਦੁਆਵਾਂ ਦੇ ਇਜਾਜ਼ਤ ਅੱਲਾ ਆਪਣੇ। ਜਦੋਂ ਬਿਜਲੀ ਖਰਾਬ ਹੁੰਦੀ ਸੀ ਨਾ, ਬਹੁਤ ਜ਼ਿਆਦਾ ਪਰੇਸ਼ਾਨੀ ਬਣਦੀ ਸੀ, ਇੱਕ ਤਾਂ ਜਿਹੜਾ ਨਲਕਾ ਕੋਈ ਨਹੀਂ ਹੁੰਦਾ ਸੀ, ਇੱਕ ਜਿਹੜਾ ਸੋਲਰ ਪਲੇਟ ਵਾਲਾ ਪੱਖਾ ਜਿਹੜਾ ਕੋਈ ਨਹੀਂ ਹੁੰਦਾ ਸੀ। ਲੇਕਿਨ ਕੱਲ੍ਹ ਬਿਜਲੀ ਖਰਾਬ ਹੋਈ ਨਾ, ਪਾਣੀ ਦੀ ਪਰੇਸ਼ਾਨੀ ਕੋਈ ਨਹੀਂ ਬਣੀ, ਨਲਕਾ ਸੀ ਪਰੇਸ਼ਾਨੀ ਕੋਈ ਨਹੀਂ ਸੀ, ਔਰ ਪੱਖਾ ਜਿਹੜਾ ਸੋਲਰ ਪਲੇਟ ਵਾਲਾ ਦੁਕਾਨ ਚੱਲਿਆ ਰਿਹਾ, ਸਾਰਾ ਦਿਨ ਬਿਜਲੀ ਕੋਈ ਨਹੀਂ ਸੀ, ਪਰੇਸ਼ਾਨੀ ਨਹੀਂ ਬਣੀ ਆ ਬਿਜਲੀ ਹੁਣ ਗੇਟ ਜਾਏ। ਬਸ ਰਾਤ ਨੂੰ ਜਿਹੜਾ ਮੈਨੂੰ ਦਰਵਾਜ਼ੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ, ਦਰਵਾਜ਼ੇ ਨੇ ਇੰਝ ਕੀਤਾ ਕਿ ਐ ਲਾ ਜਿਹਾ ਸਿਸਟਮ ਸਾਰਾ ਹੀ ਜਿਹੜਾ ਹਲ ਗਿਆ, ਮੈਂ ਕਿ ਗੇਟ ਜਿਹੜਾ ਹੁਣੇ ਡਿੱਗਦਾ ਹੁਣੇ ਡਿੱਗਦਾ, ਲੇਕਿਨ ਜਿਹੜਾ ਬਚ ਗਿਆ, ਕਿਉਂਕਿ ਬਿਲਕੁਲ ਜਿਹੜਾ ਦੁਬਾਰਾ ਮੈਂ ਸੀਮਿੰਟ ਲਾਇਆ ਸੀ ਨਾ, ਅਤੇ ਰਾਤ ਨੂੰ ਹਵਾ ਜਿਹੀ ਤੇਜ਼ ਸੀ ਨਾ, ਉਹ ਦਰਵਾਜ਼ੇ ਨੂੰ ਇੰਝ ਕਰਕੇ ਤੱਕਾ ਜਿਹੜਾ ਵੱਜਦਾ ਰਿਹਾ, ਉਹਦੀ ਵਜ੍ਹਾ ਤੋਂ ਜਿਹੜਾ ਮੈਂ ਕਿਹਾ ਦਰਵਾਜ਼ਾ ਕਿਸੇ ਟਾਈਮ ਹੀ ਜਿਹੜਾ ਡਿੱਗ ਸਕਦਾ, ਲੇਕਿਨ ਅੱਲਾ ਦਾ ਸ਼ੁਕਰ ਹੈ ਜਿਹੜਾ ਬਚ ਗਿਆ। ਇਨਸ਼ਾਅੱਲਾ ਮੈਂ ਜਿਹੜਾ ਇਹ ਤਾਂ ਹੁਣ ਦਰਵਾਜ਼ਾ ਜਿਹੜਾ ਉੱਚਾ ਹੋ ਜਾਣਾ ਸੀ, ਲੇਕਿਨ ਫਿਰ ਆ ਜਿਹੜਾ ਕੁਛ ਦੀਵਾਰ ਜਿਹੜਾ ਪੈਸੇ ਲੱਗ ਗਏ, ਬਾਕੀ ਜਿਹੜਾ ਪੈਸੇ ਜਿਹੜਾ ਫਿਰ ਮੈਂ ਜਮ੍ਹਾਂ ਕੀਤੇ, ਮੈਂ ਅਖੀਰ ਤੋਂ ਪਹਿਲਾਂ ਜਿਹੜਾ ਦਰਵਾਜ਼ੇ ਵਾਲਾ ਕੰਮ ਜਿਹੜਾ ਓਕੇ ਕਰ ਲਈ, ਕਿਉਂਕਿ ਇਹਦੀ ਜਿਹੜਾ ਮੇਨ ਜ਼ਿਆਦਾ ਪਰੇਸ਼ਾਨੀ ਜਿਹੜਾ ਦਰਵਾਜ਼ੇ ਦੀ ਬਣਦੀ ਆ, ਫਿਰ ਜਿਹੜਾ ਪੰਪ ਵਾਲਾ ਮਸਲਾ ਬਣ ਗਿਆ, ਇੱਧਰ ਪੰਪ ਵਾਲੇ ਜਿਹੜਾ ਪੈਸੇ ਵਗੈਰਾ ਜਿਹੜਾ ਲੱਗ ਗਏ, ਲੇਕਿਨ ਹੁਣ ਇਨਸ਼ਾਅੱਲਾ ਜਿਹੜਾ ਈਦ ਲਾ ਕੇ ਕੋਈ ਪੈਸੇ ਜਿਹੜਾ ਜਮ੍ਹਾਂ ਕਰਾਂਗੇ, ਅਤੇ ਇੱਧਰੋਂ ਜਿਹੜਾ ਦਰਵਾਜ਼ਾ ਸਭ ਤੋਂ ਪਹਿਲੇ ਜਿਹੜਾ ਇਹ ਮੇਨ ਕੰਮ ਜਿਹੜਾ ਹੁਣ ਇਨਸ਼ਾਅੱਲਾ ਅਸੀਂ ਜਿਹੜਾ ਕਰਵਾਵਾਂਗੇ। ਹੋਰ ਕਿਚਨ ਵਿੱਚ ਜਿਹੜਾ ਕਚਰਾ ਵਗੈਰਾ ਜਿਹੜਾ ਇਕੱਠਾ ਜਿਹੜਾ ਹੋਇਆ ਪਿਆ, ਬੇਗਮ ਨੇ ਇੰਨਾ ਕਚਰਾ ਜਿਹੜਾ ਕਦੇ ਨਹੀਂ, ਹੁਣ ਤਾਂ ਝਾੜੂ ਜਿਹੜਾ ਦੋ ਟਾਇਮ ਜਾਂ ਕੱਖ ਵਗੈਰਾ ਵੀ ਹੁੰਦੇ ਚੱਕ ਲੈਂਦੀ ਸਵੇਰੇ ਫਸਟ ਟਾਈਮ, ਜਿਹੜਾ ਸਾਰਾ ਝਾੜੂ ਵਗੈਰਾ ਲਾ ਕੇ ਜਿਹੜਾ ਗਾਰ ਨੂੰ ਚਮਕਾ ਕੇ ਰੱਖਦੀ, ਇਸ ਕਰਕੇ ਮੈਂ ਕਿਹਾ ਜਿਹੜਾ ਗੱਟਾ ਮਿੱਟੀ ਜਿੰਨਾ ਕਿ ਕੋਈ ਮਹਿਮਾਨ ਆ ਜਾਂਦਾ ਨਾ, ਅਤੇ ਸਾਰੇ ਕਮਰੇ ਵਗੈਰਾ ਜਿਹੜਾ ਅੱਜ ਸਾਫ਼ ਕਰ ਲਵਾਂਗੇ। ਉਹ ਤੰਦੂਰੀ ਜਿਹੀ ਛੋਟੀ ਪਈ ਸੀ, ਅੱਲਾ ਦਾ ਸ਼ੁਕਰ ਉਹ ਵੀ ਜੇ ਇੰਨਾ ਸੇਲ ਹੋ ਗਈ ਆ। ਅੱਜ ਇੱਥੇ ਜਿਹਨਾਂ ਦੇ ਨਾਲ ਦੀ ਜਿਹਨੇ ਮੈਂ ਜਿਹੜੀ ਕੱਢ ਕੇ ਰੱਖੀ ਹੋਈ ਨਾ ਇੱਥੇ ਨਾਲ ਤੰਦੂਰੀ, ਉਹ ਵਾਲੀ ਜਿਹੜੀ ਨਾ ਸੇਲ ਹੋ ਗਈ ਆ। ਬਾਕੀ ਵੱਡੇ ਜਿਹੜੇ ਹੋਟਲਾਂ ਵਾਲੇ ਤੰਦੂਰ ਤਾਂ ਫਿਲਹਾਲ ਜਿਹੜਾ ਪਏ ਉਹਨੇ, ਲੇਕਿਨ ਛੋਟੀ ਤੰਦੂਰੀ ਜਿਹੜੀ ਸੇਲ ਹੋ ਗਈ। ਬਸ ਜਿਹੜੀ ਤੰਦੂਰੀ ਜਿਹੜਾ ਕੱਲ੍ਹ ਮੈਂ ਟੋਏ 'ਚ ਕੱਢ ਕੇ ਰੱਖੀ ਸੀ ਨਾ, ਮਿੱਟੀ ਥੋੜ੍ਹੀ ਬਹੁਤੀ ਪਈ ਆ, ਉਹਨੂੰ ਜਿਹੜਾ ਬੈਕ ਸਾਈਡ ਤੋਂ ਲਿੰਬ ਲੈਂਦੇ ਹਾਂ, ਤਾਂ ਬੈਰ ਰੱਖ ਕੇ ਉਹਦਾ ਮੂੰਹ ਵਗੈਰਾ ਜਿਹੜਾ ਬਣਾ ਕੇ ਪੋਚਾ ਮਾਰ ਕੇ ਰੱਖਣਾ, ਕੋਈ ਕਸਟਮਰ ਆਵੇਗਾ ਉਹ ਵੀ ਸੇਲ ਹੋ ਜਾਵੇਗੀ।